ਉਹ ਕਾਗਜ਼ੀ ਦਾ ਸਭ ਕੁਝ ਰਿਆ ਅਸੇ ਨਹੀਂ ਪੁੱਛਣਾ ਇਹ ਵਾਕੀ ਆ ਪਿੱਛੇ ਖੜਾ ਤੇ ਜਿਹੜੀਆਂ ਪੁੱਛ ਲੋੜੀਆਂ ਬੋਰਡ ਤੇਰੇ ਪੁੱਛ ਲੋ ਇਹ ਇਆਂ ਗਾਲਿਆ ਕਾਗਜ਼ੀ ਦਾ ਸਭ ਕੁਝ ਹੈ ਮਗਰੇ ਮਜ਼ਾ ਹੁੰਦਾ ਕੋਈ ਕਿ ਪ੍ਰੈਕਟੀਕਲ ਹੋਇਆ ਕਿਛਤਾ ਅਸੀਂ ਪਾਣੀ ਰੋਜ਼ ਤੋਂ ਆਸ ਰੱਖਣੇ ਉਹਨੇ ਐਂ ਪੀਂ ਇਜਾਜਾ ਕਰਨੀਆਂ ਉਹਨੇ ਐਂ ਪੀ ਵੀ ਬਥੇਰਾ ਅਸੀਂ ਆਖਿਆ ਮਲੇ ਕਰੋ ਸਾਡੇਗੇ ਉਹਨੇ ਕਿਹਾ 1800 ਥੋੜਾ ਸਾਹਮਣੇ ਪ੍ਰੂਫ ਹੈ ਦੋ ਟੰਕੀਆਂ ਨੇ ਤੇ ਯਾਰ ਆਦਮੀ ਡੇਲ ਹੀ ਪਾਣੀ ਪੀਂਦਾ ਹਣਾ ਯਾਰ ਆਦਮੀ ਕੋਲੋਂ ਉਹ ਕਾਗਜ਼ੇ 'ਚ ਸਭ ਕੁਝ ਲਿਆ ਅਸੀਂ ਨਹੀਂ ਪੁੱਛਣਾ ਇਹ ਵਾਕੀ ਆ ਪੁੱਛੇ ਘੜਤੇ ਜਿਹੜੀਆਂ ਪੁੱਛ ਲਾੜੇ ਬੋਰਡ ਤੇਰੇ ਪੁੱਛ ਲਾਓ ਇਹ ਇਆਂ ਗੱਲਾਂ ਕਾਗਜ਼ੇ 'ਚ ਸਭ ਕੁਝ ਐ ਮਗਰ ਮਜ਼ਾ ਹੁੰਦਾ ਕੋਈ ਕਿ ਪ੍ਰੈਕਟੀਕਲ ਹੋਇਆ ਕਿਛ ਤਾਂ ਅਸੀਂ ਪਾਣੀ ਰੋਜ਼ ਤੋਂ ਆਸ ਰੱਖਨੇ ਉਹਨੇ ਐਂ ਪੀਂ ਜਾਜਾ ਕਰਨੀਆਂ ਉਹਨੇ ਐਂ ਪੀ ਵੀ ਬਥੇਰੇ ਰੱਖ ਜਾ ਅਸੀਂ ਆਖਿਆ ਮਲੇ ਕਰੋ ਸਾਲ ਲਿਗੇ ਉਹਨੇ ਆਖਿਆ 1800 ਇਹ ਥੋੜਾ ਸਾਹਮਣੇ ਪ੍ਰੂਫ ਹੈ ਦੋ ਟੰਕੀਆਂ ਨੇ ਤੇ ਯਾਰ ਆਦਮੀ ਡੇਲ ਹੀ ਪਾਣੀ ਪੀਂਦਾ ਹਣਾ ਯਾਰ ਆਦਮੀ ਪਾਣੀ ਦੀ ਸਮੱਸਿਆ ਸਾਡੇ ਜੰਮੂ ਖੇਤੇ ਕੀਤਾ ਇੱਕ ਆਮ ਸਮੱਸਿਆ ਜਿਹੜੀ ਬਣੀ ਚੁੱਕੀ ਦੀ ਹੈ ਅਗਰ ਅਸੀਂ ਜੰਮੂ ਜ਼ਿਲ੍ਹੇ ਦੀ ਗੱਲ ਕਰਚਾ ਤਾਂ ਜੰਮੂ ਸ਼ਹਿਰਾਂ ਚ ਗਰਮੀਆਂ ਦੀ ਵਾਰਾ ਚ ਹਹਾਕਾਰ ਪਾਣੀ ਲਈ ਮਚੀ ਜਾਂਦੀ ਹੈ ਬੜੀਆਂ ਸਰਕਾਰਾਂ ਆਈਆਂ ਬੜਾ ਕੇਸ਼ ਹੋਇਆ ਵਿਕਾਸ ਦੇ ਵੱਡੇ ਵੱਡੇ ਦਾਅਵੇ ਕੀਤੇ ਗਏ ਪਰ ਪਾਣੀ ਜਿਹੜਾ ਉਹ ਸ਼ਹਿਰਾਂ ਨਗਰਾਂ ਚ ਵੀ ਲੋਕਾਂ ਤੱਕ ਨਹੀਂ ਪਹੁੰਚਾ ਅਗਰ ਅਸੀਂ ਕਰਚਾ ਗੱਲ ਗਰਾਹ ਦੀ ਤੇ ਜੰਮੂ ਜ਼ਿਲ੍ਹੇ ਦਾ ਮਤਾ ਸਾਰਾ ਜਿਹੜਾ ਇਲਾਕਾ ਹੈ ਉਹ ਕੰਡੀ ਦਾ ਇਲਾਕਾ ਹੈ ਔਰ ਕੰਡੀ ਵੀ ਐਸੀ ਮਾਰੂ ਕੰਡੀ ਜਿਸ ਮਿਲ ਤੁੱਪ ਘੜਕਦੀ ਹੈ ਤੁੱਪ ਆਪਣੇ ਪੂਰੇ ਜਵਨ ਉਪਰ ਹੁੰਦੀ ਹੈ ਤੇ ਪਾਣੀ ਜਿਹੜਾ ਹੈ ਉਹ ਪਾਂਡੇ ਵਿੱਚ ਆ ਉਡਰੀ ਜਾਂਦਾ ਆਉਂਦਾ ਕਣੀ ਜੇ ਆਉਂਦਾ ਵੀ ਹੈ ਤੇ ਕਈ ਕਹਿੰਦੇ ਨੇ ਇੱਕ ਹੀ ਰਹੰਦੇ ਲੱਗੇ ਦੇ ਕਿ ਪਾਣੀਆਂ ਦੀ ਕੋਈ ਸਰਕਾਰੀ ਪਾਣੀਆਂ ਦੀ ਕੋਈ ਦਾਉ ਬੂੰਦਾ ਜਿਹੜੀਆਂ ਉਹਦੇ ਗਿੜਗੇ ਚ ਉਹਦੇ ਘੜੇ ਚ ਪੁੱਜਣ ਪਰ ਨਹੀਂ ਪੁੱਜਦੀਆਂ ਅਸੇ ਖੜੋਤੇ ਦੇ ਆ ਇਸ ਮਿਲ ਹੈ ਪਲਵਾਲ ਬਲਾਕ ਜਿਹੜਾ ਜਾਂਤਰ ਕੰਢੀ ਦਾਗਾ ਬਲਾਕ ਹੈ ਉਹਨ ਤੇ ਚਲੋ ਪਲਵਾਲ ਬਲਾਕ ਦਾ ਮਤਾ ਸਾਰਾ ਜਿਹੜਾ ਇਲਾਕਾ ਹੈ ਉਹ ਪਲਵਾਲ ਕੰਨਾ ਕਟੋਈ ਗਿਆ ਤੇ ਮਥਵਾਰ ਬਲਾਕ ਚਾਹੀ ਹੈ ਤੇ ਅਸ ਮਸਵਾਰ ਬਲਾਕ ਦੇਗਾ ਜਿਹੜਾ ਇੱਕ ਬਸਤੀ ਹੈ ਗਰਾਹ ਹੈ ਪੰਚਾਇਤ ਹੈ ਉਸ ਚ ਖੜੋਤੇ ਦੇ ਆ ਇਸ ਪੰਚਾਇਤ ਦਾ ਨਾਮ ਹੈ ਗੌਰ ਪਾਣੀ ਦੀ ਹਹਾਕਾਰ ਇੱਥੇ ਵੀ ਮੱਚੀਦੀ ਹੈ ਸਾਰੇ ਕੰਨੇ ਬਜ਼ੁਰਗ ਖੜੋਤੇ ਦੇ ਨਾ ਆ ਸ਼੍ਰੀ ਸੁਦਰਸ਼ਨ ਸਿੰਘ ਜਮਾਲ ਸਾਹਿਬ ਖੜੋਤੇ ਦੇ ਨਾ ਤੋਂ ਵਿਖਾ ਕਰਦੇ ਹੋ ਇੰਦੇ ਕੰਨੇ ਗੱਲਬਾਤ ਕਰਨੇ ਆ ਕਿ ਪਾਣੀ ਕੀ ਲਈ ਹੈ ਕਿ ਦਿੱਕਤਾਂ ਇਹਨੇ ਕੀ ਆਵਾ ਕਰਦੀਆਂ ਤੋਂ ਜਮਾਲ ਸਾਹਿਬ ਜੀ ਮਰਜ ਪਾਣੀ ਦੀ ਕਿਲਤ ਹੈ ਇਹ ਗੱਲ ਨਹੀਂ ਸਮਝੋ ਆਖੋ ਕਿ ਪਾਣੀ ਦੀ ਕਿਲਤ ਹੈ ਹੁਣ ਮੈਂ ਤੁਸੀਂ ਕੀ ਸਮਝਾ ਕੇ ਕਿੱਲੇ ਦੀ ਕੀ ਡੈਫੀਨੇਸ਼ਨ ਹੁੰਦੀ ਹੈ 1960 ਦੀ ਗੱਲ ਹੈ ਅੱਛਾ ਜਿਲੇ ਪਾਲੇਬਾਰੀ ਰਾਈਨ ਟਿਊਬਲ ਇੱਕ ਬਣਿਆ ਅੱਛਾ 2 ਸਾਲ ਦੇ ਬਾਅਦ ਸਾੜਾ ਪਾਣੀ ਗੌਰ ਆਇਆ ਔਜ ਬਣਿਆ ਤੇ ਗੌਰ ਨਹੀਂ ਆਇਆ 1900 62 ਕੋਲਾ ਲਈ ਹੈ ਤੇ ਅੱਜ ਤੱਕ ਅੱਜ ਤੱਕ ਜਿੱਥੇ ਤੋਂ ਖੜੋਤੇ ਉਹ ਅੱਜ 9 ਤਰੀਕ ਐ 10 ਤਰੀਕ ਐ ਤੇ 9 ਮਹੀਨਾ ਅੱਜ ਤੱਕ ਪਾਣੀ ਜਿਹੜਾ ਅਸੀਂ ਤਰੀਏ ਦਿਨ ਸੁੰਦਾ 60 ਸਾਲ ਹੋਈ ਆ 60 ਸਾਲ ਹੋਈ ਆ ਜਿਲੇ ਕਿ ਹਿੰਦੁਸਤਾਨ ਆਪਣਾ 75ਵਾਂ દિવસ ਮਾਣੇ ਜਾਦਾ ਤੇ ਸਾਰੇ ਗ੍ਰਾਂਵ ਦੀ ਇਹ ਹਾਲਤ ਹੈ ਇੱਕ ਮੈਂ ਆਪਣੇ ਗ੍ਰਾਂਵ ਦੀ ਗੱਲ ਨਹੀਂ ਕਰਨਾ ਜਿਹੜਾ ਮੇਰੇ ਕਨੇਕਟਡ ਦੂਗੇ ਗ੍ਰਾਂਵ ਹੀ ਹਨ ਉੰਦੀ ਵੀ ਇਹ ਦੁਰਦਸ਼ਾ ਅੱਛਾ ਗੱਲ ਬਾਤ ਮਾਰੇ ਇਹ ਪਾਣੀਆਂ ਦੀ ਕਿ ਤਰੀਰ ਹੋਇਆ ਸੀ ਪਾਣੀ ਤੋਂ ਹੁੰਦਾ ਜੇਕਰ ਤੂਫਾਨ ਆਈਆ ਤੇ ਰਾਤੀ ਬਿਜਲੀ ਬੰਦ ਹੋਈਆ ਤੇ ਉਹ ਵੀ ਛੇ ਮੇ ਦਿਨ ਤੋਂ ਹੁੰਦਾ ਜੀ ਅੱਛਾ ਤਦ ਪਾਣੀਆਂ ਦੀ ਗੱਲ ਕਰਾਂ ਦੇ ਬਹੁਤ ਬੁਰੀ ਹਾਲਤ ਹੈ ਉਹਦੇ ਕੋਲ ਪੈਣਾ ਹੈ ਦਰਿਆ ਦਾ ਪਾਣੀ ਪੀਂਦੇ ਹੱਸ ਤਵਾਏ ਨਾ ਪਾਣੀ ਪਿੰਦੇ ਛਪੜੀਆਂ ਦਾ ਪਾਣੀ ਪਿੰਦੇ ਤੇ ਅੱਜ ਉਹ ਹਾਲਤ ਹੈ ਕਿ ਨਲਕੇ ਨਾਲਾਂ ਲਾਇਵਿੰਦੀਆਂ ਹਨ ਮਗਰ ਪਾਣੀ ਹੁੰਦੇ ਚੰਨੀ ਸਰਕਾਰੀ ਜਿਹੜਾ ਪਾਣੀ ਹੈ ਉਹ ਨਸੀਬ ਨਹੀਂ ਉਹ ਕਰਦਾ ਤਕਰੀਬਨ ਮਾਰੇ ਇੱਥੇ ਸਾਰੇ ਗ੍ਰਾਂਵ ਦੇ ਵਿੱਚ 95% ਜਿਹੜੇ ਕਨੈਕਸ਼ਨ ਗਵਰਨਮੈਂਟ ਦੇ ਪੀਐਚੀ ਡਿਪਾਰਟਮੈਂਟ ਨੇ ਦਿੱਤੇ ਦੇ ਅੱਛਾ ਪਰ ਉਹਦੇ باوجود ਵੀ ਕਨੈਕਸ਼ਨ ਹੈਗੇ ਤਾਂ ਪਾਣੀ ਨਹੀਂ ਹੋਇਆ ਨਾ ਫੀਸ ਹਰ ਸਾਲ ਆ ਬਾ ਦਿਨੇ ਫੀਸ ਬਾ ਜਿਹੜੀ ਹੈ ਉਹ ਗਵਰਨਮੈਂਟ ਨਾਲ ਜਿਹੜੀ ਇਹ ਟੈਕ ਇ ਤੇ ਆ ਉਹਦੇ ਮੁਤਾਬਕ ਅਸ ਦਿਨੇ ਆ ਮਗਰ ਪਾਣੀ ਉਹਦੇ ਆਵਾਜ਼ ਫਿਰ ਨਹੀਂ ਸੁਣਦਾ ਸੀ ਕੀ ਕਾਰਨ ਹੈ ਬਿਗਣ ਕਿਥੇ ਪਾਉਂਦਾ ਕੁੱਥੇ ਰੁਕਾਵਟ ਆਉਂਦੀ ਹੈ ਇਹ ਬਿਗਣ ਮਾਰੇ ਏ ਕੋਲ ਲਈ ਇਹਦਾ ਜੜ ਜੜ ਬਿਗਣ ਕੇ ਬਿਗਣ ਹੈ ਕਿ ਸਣਾਣਾ ਤੁਸੀਂ ਅੱਛਾ ਕੋਦੇ ਕੋਦੇ ਨੂੰ ਇਲਜ਼ਾਮ ਲਾਚਾ ਕੋਈ ਇੱਕ ਆਦਮੀ ਤੇ ਇਲਜ਼ਾਮ ਲਾਚਾ ਐਕਸਨ ਸਾਹਿਬ ਇੱਥੇ ਆਏ ਏ ਡਬਲਿਊ ਸਾਹਿਬ ਇੱਥੇ ਆਏ ਜੇ ਆਈ ਸਾਵੇਂ ਆਪਣੀ ਪ੍ਰੋਬਲਮ ਦੱਸੀਆਂ ਸੈਂ ਮਗਰ ਸਾਰਾ ਕੋਈ ਹੱਲ ਨਹੀਂ ਹੋਇਆ ਟਿਊਬ 'ਤੇ ਲਿਖਿਆ ਟਿਊ ਵਾਲੇ ਇਸ ਦਾ 10 ਰੁਪਏ ਬਣੇ ਨੇ ਤੇ ਇੱਕ ਕੀ ਹੈ ਅੱਛਾ ਉਹ ਲੈ ਕਹਾ ਪੀ ਖਰੇ ਹੈ ਅੱਜ 10 ਉਹ ਕੋਲ ਵੀ ਪੈੜੀ ਹੱਤ ਕੀ ਗੱਲ ਕੋਈ ਮੋਟਰਾਂ ਸੜੀ ਜਾਂਦੀਆਂ ਨੇ ਜਾਂ ਕੋਈ ਪਾਈਪਾਂ ਬੰਦ ਹੋਈ ਜਾਂਦੀਆਂ ਨਹੀਂ ਨਹੀਂ ਜੱਲਾ ਮੋਟਰਾਂ ਸੜੀਆਂ ਤੇ ਪਾਈਪਾਂ ਆਪਣੇ ਆਪ ਬੰਦ ਹੋਈ ਨਹੀਂ ਆ ਉਹ ਪਾਈਪਾਂ ਦਾ ਕੀ ਕਸੂਰ ਹੈ ਵੀਰ ਜੀ ਦਾ ਉਹਦਾ ਥੋੜਾ ਕਸੂਰ ਹੈ ਤੇ ਜੇਕਰ ਉਹਨੇ ਆਖੋ ਕੋ ਆਹਦੇ ਜੀ ਪਿਛੇ ਬਿਜਲੀ ਸਿੰਗਲ ਹੋ ਜਾਂਦੀ ਅਸਕੇ ਖਰਚੇ ਜੀ ਇਹ ਮਤਲਬ ਪੂਰਾ ਢਾਂਚਾ ਕਾ ਖਰਾਬ ਹੈ ਜੀ ਕਿ ਕੋਈ ਕੋਦ ਨਾ ਕਾ ਸ਼ਿਕਾਇਤ ਕਰ ਚਾਹੇ ਕੀਕੇ ਸੁਣਨੇ ਚ ਵੀ ਆਉਂਦਾ ਪਈ ਟਿਊਬ ਵਾਲੇ ਉਪਰ ਸਟੈਪਲਾਈਰ ਲਾਇ ਦੇਣ ਜਿਹੜੇ ਪਈ ਆਪਣੇ ਬਿਜਲੀ ਮਤੀ ਵਧਾਉਂਦੇ ਨੇ ਤੋਂ ਇੱਥੇ ਵੀ ਲੱਗਦਾ ਕਿ ਸਟੈਪਲਾਈਰ ਲਾਇਦੇ ਹੁਣ ਨਹੀਂ ਆਸ ਨਹੀਂ ਆਸ ਵਿੱਚ ਨੇ ਲਾਇਦੇ ਆਖਸੇ ਕੁਸਾ ਗੱਲਾਂ ਲਈ ਕੋਈ ਚੀਜ਼ ਕੰਟਰੋਲ ਕਰਨ ਲਈ ਉਹਦਾ ਇਕੁਪਮੈਂਟ ਹੁੰਦਾ ਹੈ ਨਾ ਇਹ ਨਹੀਂ ਸਾਫ ਨਹੀਂ ਹੁੰਦਾ ਸਾਰੇ ਆਸੇ ਆਸੇ ਕਵਾੜੇ ਚੱਕ ਸਿੰਘ ਸਾਡਾ ਟਿਊਬ ਬਣਦਾ ਇਸ ਲਈ ਜਿਹਦੇ ਆਸ ਆਸੀਂ ਉਹ ਫੀਡ ਕਰਾਦਾ ਜੀ ਜੀ ਉੱਥੇ ਦਾ ਕੱਖ ਮਣੀ ਹੈ ਉੱਥੇ ਇੱਥੇ ਕਰਕੇ ਅਸੀਂ ਇੱਕ ਵਾਰੀ ਗਏ ਤੇ ਉੱਥੇ ਜਿਹੜੇ ਹੁੰਦਿਆਂ ਨੂੰ ਸਟਾਰਟਰ ਉਹ ਵੀ ਪੰਜੋ ਛਾਟ ਹੈ ਅੱਛਾ ਬੜੀਆਂ ਸਰਕਾਰਾਂ ਆਈਆਂ ਜਮਵਾਲ ਸਾਹਿਬ ਵੱਡੇ ਵੱਡੇ ਵਾਦੇ ਵੀ ਹੋਏ ਦਾਅਵੇ ਵੀ ਹੋਏ ਪਰ ਗੌਰ ਵਾਲੀ ਬਖੀਤ ਧਿਆਨ ਕੀ ਨਹੀਂ ਗਿਆ ਮਾਰੇ ਗੌਰ ਵਾਲੀ ਤਰਫ ਇੱਕਿਆ ਧਿਆਨ ਗਿਆ ਉਹ ਧਿਆਨ ਕੀਤਾ ਸਾਡੇ ਰਾਣਾ ਸਾਹਮਣੇ ਅੱਛਾ ਹੋਰ ਕੁਛ ਨਹੀਂ ਕੀਤਾ ਜੇਲਾ ਸਾਲਾ ਪਾਣੀ ਨਹੀਂ ਆਉਂਦਾ ਉਣੀਆ ਫੋਨ ਕਰਨੇ ਆ ਤਰੀਆ ਰੋ ਪੰਪੂ ਵੀ ਲੋੜ ਦੇ ਤੇ ਆਪਣੇ ਬੋਝਿਆ ਟੈਂਕ ਸਟਾੰਦੇ ਨੇ ਪਾਣੀ ਦੇ ਘਨੇ ਔਰ ਆਪਣੇ ਮਲੇ ਚ ਇਹ ਝੂਠੀ ਗੱਲ ਨਹੀਂ ਮਗਰਾਦਾ ਸੱਚੀ ਗੱਲ ਕਰ ਤੁੰਦੇ ਲਾ ਕੇ ਦੇ ਐਮਪੀ ਬਣੇ ਦੇਣ ਇਥੋਂ ਦੇ ਬੜੇ ਬਾਰੀ ਐਮਐਲਏ ਰੇਨ ਮਹਾਰਾਜ ਬੜਾ ਕਸ਼ਰੇਆ ਹੁਣ ਮੈਂ ਗੀਣੀ ਗੀਣੀ ਦੱਸਾਂ ਉਹ ਗੱਲ ਲਿਆ ਕੇ ਉਹ ਕਾਗਜ਼ੇ 'ਚ ਤਾਂ ਸਭ ਕੁਝ ਲਿਆ ਅਸੇ ਨਹੀਂ ਪੁੱਛਣਾ ਇਹ ਵਾਕੀ ਆ ਪੁੱਛੇ ਖੜਤੇ ਇੱਡੀਆਂ ਪੁੱਛ ਲਾਓੜੇ ਨਾ ਬੋਟੇ ਮੇਰੇ ਪੁੱਛ ਲਾਓ ਇਹਾਂ ਗੱਲਿਆ ਕਾਗਜ਼ੇ 'ਚ ਤਾਂ ਸਭ ਕੁਝ ਐ ਮਗਰੇ ਮਝਾਉਂਦਾ ਕੋਈ ਕੋਈ ਪ੍ਰੈਕਟੀਕਲ ਹੋਇਆ ਕਿਛਤਾ ਅਸੀਂ ਪਾਣੀ ਰੋਜ਼ ਤੋਂ ਆਸ ਆਖਣੇ ਉਹਨੇ ਐਂ ਪੀਂ ਜਾਜਾ ਕਰਨੀਆਂ ਉਹਨੇ ਐਂ ਪੀ ਵੀ ਬਥੇਰਾ ਆਸਾਂ ਆਖਿਆ ਮਲੇ ਕਰੋ ਸਾਡੇ ਗਿਛ ਉਹਨਾਂ ਕਹੇ 1800 ਥੋੜਾ ਸਾਡੇ ਪਰੂਫ ਹੈ ਦੋ ਟੰਕੀਆਂ ਨੇ ਤੇ ਯਾਰ ਆਦਮੀ ਡੇਲ ਹੀ ਪਾਣੀ ਪੀਂਦਾ ਹੋਣਾ ਯਾਰ ਆਦਮੀ ਕੋਲੋਂ ਘੱਟ ਨਹੀਂ ਪੀਂਦਾ ਜਿਹੜਾ ਉਪਰਾਗ ਲਿਆ ਸ਼ਰਾਬ ਇੱਕ ਟੰਕੀ ਇਹ ਆ ਇੱਕ ਉਹ ਅੱਗੇ ਆ ਜਿਲੇ ਨਾਲ ਸਪਲਾਈ ਲਿਓ ਪੈਸੇ ਇਕੱਠੇ ਕਰਨੇ ਆ 100 100 50 ਉੱਥੇ ਪਾ ਲਿਆ ਥੈਂਕ ਯੂ ਅਗਰ 1800 ਸਾਹਿਬ ਇਸ ਕੰਡੀ ਦੀ ਗੱਲ ਕਰਚਾ ਤੇ ਤੁੰਦੀ ਜਿਹੜੀ ਪੰਚਾਇਤ ਹੈ ਗੌਰ ਦਾ ਇਲਾਕਾ ਜਿਹੜਾ ਬੜਾ ਮੰਨੇ ਤੇ ਮੰਨੇ ਦਾ ਇਲਾਕਾ ਹੈ ਬੜੇ ਅੱਛੇ ਲੋਕ ਹਨ ਬੜੇ ਅਪਰੋਚੇਬਲ ਲੋਕ ਹਨ ਇੰਨਾ ਉਹਨਾਂ ਦਾ باوجود ਵੀ ਪਈ ਪਾਣੀ ਦੀ ਕਿੱਲਤ ਆਵਾ ਕਰਦੀ ਹੈ ਉਹਨ ਇਹਦੇ ਬਾਰੇ ਮੈਂ ਕੀ ਆਖੀ ਸੋਚ ਜੇ ਪਾਣੀ ਦੀ ਕਿੱਲਤ ਬਿਲਕੁਲ ਹੈ ਜੀ ਬਿਲਕੁਲ ਅਸੀਂ 100% ਆਖਾਂਦੇ ਆ ਮੈਂ ਕੋਸਾ ਬਲੇਮ ਨਹੀਂ ਲਾਦਾ ਪਾਰਟੀਕੂਲਰ ਮੈਂ ਕੋਸੇ ਮੈਂ ਆਖਾਂਦਾ ਵੀ ਉਹ ਖਰਾਬ ਹੈ ਉਹ ਖਰਾਬ ਹੈ ਮੈਂ ਆਖਾਂਗਾ ਸਭ ਕੁਝ ਦਾ ਖਰਾਬ ਹੈ ਤੇ ਬਿਲਕੁਲ ਜਿਹੜਾ ਮਹਿਕਮਾ ਨਾ ਪੂਰਾ ਪੂਰਾ ਖਰਾਵਾ ਜਿਹਦੀ ਬਜਨ ਅਸ ਹਰਾਸ ਤੋਂ ਆਉਂਦੀ ਅੱਛਾ ਜਮਾਲ ਸਾਹਿਬ ਹੁਣ ਸਰਕਾਰ ਜਿਹੜੀ ਇੱਥੇ ਬਣੀ ਦੀਏ ਜੂਟੀ ਜੇ ਲਾਈ ਹੈ ਪਹਿਲੇ ਇਹਦਾ ਨਾਂਾ ਪੀ ਐਚੀ ਤੇ ਚਲੋ ਅਸ ਸਮਝਦੇ ਹੇ ਕਿ ਪੀ ਐਚੀ ਹੈ ਬੜਾਈਆਂ ਗੁੰਜਲਾ ਵਾਲਾ ਜਿਹੜਾ ਨਾਂ ਆ ਹੋਈ ਸਕਦਾ ਭਾਈ ਨਹੀਂ ਪਾਣੀ ਆਉਂਦਾ ਹੋਣ ਤੇ ਜਲ ਸ਼ਕਤੀ ਇਹਦਾ ਨਾਂ ਪਾਈ ਲਦਾ ਤੇ ਫੀ ਕੀ ਗੱਲ ਇੰਨੀ ਸ਼ਕਤੀ ਉਹਨੇ ਦੇ ਬਾਵਜੂਦ ਵੀ ਜਲ ਨਹੀਂ ਜਲ ਨਹੀਂ ਆ ਗੱਲ ਠੀਕ ਆਖਿਆ ਤੁਸੀਂ ਇੰਨੀ ਸ਼ਕਤੀ ਉਹਨੇ ਬਾਵਜੂਦ ਜਲ ਨਹੀਂ ਆਉਂਦਾ ਇਹਦੇ ਬਿਲਕੁਲ ਠੀਕ ਆਖਿਆ ਮਗਰ ਆਇਆ ਤੱਕ ਅਸ ਜਲ ਹੀ ਨਾ ਜੀ ਅਕੇ ਚੱਲ ਨਹੀਂ ਸੋਵਾ ਬੜੀ ਬਸੋਸਾ ਵਾਲੀ ਗੱਲ ਹੈ ਕਿ ਜਲ ਹੀਨ ਇਸ ਯੋਗ ਵਿੱਚ ਵੀ ਆਧੁਨਿਕਤਾ ਦਾ ਦੌਰ ਹੈ ਵੱਡੇ ਵੱਡੇ ਜਹਾਜ਼ ਬਣ ਗਏ ਰੇਲਾਂ ਟ੍ਰੇਨਾਂ ਬਣਾਂ ਦੀਆਂ ਜਮੀਨ ਦੇੋ ਜ ਟ੍ਰੇਨਾਂ ਚਲਾ ਕਰਦੀਆਂ ਪਰ ਇਹ ਜਿਹੜਾ ਤੁੰਦੀ ਪੰਚਾਇਤ ਹੈ ਇੱਥੇ ਪਾਣੀ ਦੀਆਂ ਜਿਹਾ ਵੀ ਕਿੱਲੇ ਜੀਆਂ ਜਮਾਲ ਸਾਹਿਬ ਤੁਹਾਨੂੰ ਦੱਸਿਆ ਪਈ ਤਲਾਏ ਦਾ ਤੁਸੀਂ ਪਾਣੀ ਪੀਂਦੇ ਇਹ ਪਾਣੀ ਇੱਕ ਵਾਰ ਨਹੀਂ ਪੀਂਦੇ ਪਾਣੀ ਜਿਹੜਾ ਬਰਸਾਤ ਹੋਣੀ ਅਸੀਂ ਚੱਲ ਜਾਨਾ ਸੋਹੇ ਦੇ ਦਰਿਆ ਦਾ 100% ਕਸ ਡਿਪੈਂਡ ਦਰਿਆ ਦੇ ਰੋਗ ਔਰ ਫਿਰ ਦਰਿਆ ਦਾ ਵੀ ਅਸੀਂ ਚਾਰ ਰੰਗ ਦਾ ਪਾਣੀ ਪੀਣਾ ਅੱਛਾ ਆੜ ਆਈ ਜਾਣਾ ਤੇ ਲਾਟ ਰੰਗ ਪਣੀ ਵੀ ਨਾ ਅੱਛਾ ਜੇਕਰ ਥੋੜਾ ਆੜ ਘਟਨਾ ਤੇ ਰੰਗ ਦੂ ਆਈ ਆ ਸੁਹਾ ਕੇ ਰੰਗ ਹੋ ਰਹੀ ਆ ਆਜ਼ਾਦੀ ਦੇ ਯੁੱਗੇ ਕੇ ਕਰਦੇ ਕੁਤੋਂ ਪੀਣਾ ਪੀਣਾ ਤੇ ਆਪਾਂ ਉਹ ਲਾਲ ਹਾ ਤੇ ਪਮਾਉ ਜਨੇ ਮੱਦੀ ਹਾ ਇਸ ਕਾਰਨ ਅਸੀਂ ਸੋਚਿਆ ਪਈ ਟੀਵਲ ਬਣਿਆਂਗਣ ਅੱਜ ਆਉਂ 60ਵੀਂ ਗੱਲ ਕਰਾਂ ਆਉਂ ਇਹ ਕਹਾ ਅੱਜ ਦੱਸਣ ਉਹ ਪਹਿਲੇ ਕੋਲ ਹੀ ਪੜੀ ਆਉਂਦਾ ਅੱਛਾ ਕੀ ਗੱਲ ਕੋਈ ਮੁਲਾਜ਼ਮ ਕੋਤਾਈ ਕਰਦੇ ਨੇ ਜਾਂ ਕਈ ਵਾਰੀ ਕੀ ਹੁੰਦਾ ਪਈ ਜੇ ਲੈ ਇੰਦੇ ਕੋਲ ਜਾਓ ਆਸ ਵੀ ਇਸ ਉਹਦੇ ਚ ਦੌਰ ਚਾ ਗੁਜਰਨੇ ਆ ਕਿ ਜਿਸ ਵੇਲੇ ਵੀ ਗੱਲ ਕਰੋ ਭਈ ਆਪਣਾ ਜੀ ਸਾਰੀ ਮੋਟਰ ਸੜੀ ਗਈ ਤੇ ਅਸ ਵੀ ਹੁਣੀ ਆਖਣੇ ਆਪਾਂ ਲੈ ਮਾਨ ਤੋਂ ਜਿਹੜੀਆਂ ਸੇ ਕਾਰ ਮੋਟਰਾਂ ਲਾਈਦੀਆਂ ਨਾ ਉਹ 10-10 ਸਾਲ ਚੱਲਦੀਆਂ ਪਰ ਐਸੀ ਕਿਹੜੀ ਮੋਟਰ ਤੁੰਦੀ ਬਈਦੀ ਏ ਕਿ ਜਿਹੜੀ ਰੋਜ਼ ਤਰੀਏ ਦਿਨ ਸੜੀ ਜਾਂਦੀ ਉਹ ਤਾਂ ਗੱਲ ਨਾ ਆਸ ਵੀ ਤੇ ਇਹ ਗੱਲ ਜਿਹੜੀ ਤੁਸੀਂ ਆਖਿਆ ਮਿੰਮੀ ਇਹ ਦੁਬਾਰਾ ਰਿਪੀਟ ਕਰਨਾ ਚਾਹੁੰਦਾ ਮਿੰਮੀ ਸਾਹਿਬ ਦੁਬਾਰਾ ਕਰਨੀਆਂ ਨਾ ਭਈ ਇਹ ਇੱਕ ਇਹ ਗੱਲ ਹੈ ਜਿਹੜੀ ਕਿਹਨੇ ਮੋਟਰਾਂ ਜਿਹੜੀ ਵਾਈਂਡਿੰਗ ਹੁੰਦੀਆਂ ਨੇ ਜਿਹੜੀਆਂ ਨਿਤ ਤਰੀਏ ਰੋ ਸੜੀਦੀਆਂ ਪੀ ਆਸੈਂ ਟੈਂਕ ਪੰਜ ਛੇ 600 ਰੁਪਈਆ ਟੈਂਕਾਂ ਨਾਲ ਪਾਣੀ ਸਟੋਰ ਕਰਦੇ ਮੈਂ ਆਪਣੀ ਆਪਣੀ ਗੱਲ ਨਹੀਂ ਕਰਾਦਾ ਇਹ ਸਾਰੇ ਦੀ ਗੱਲ ਕਰਾ ਮੈਂ ਤਕਰੀਬਨ 80% ਲੋਕ ਐਸੇ ਨੇ ਜਿਹੜੇ ਟੈਂਕ ਉੱਪਰ ਪਾਣੀ ਸਟਾਨ ਦੇ ਅੱਛਾ ਹਾਂ ਪੇਮੈਂਟ ਤੇ ਉਹ ਤੇ ਬੜਾ ਮੁਸ਼ਕਲ ਹੋ ਹੀ ਜਾਂਦਾ ਠੀਕ ਹੈ ਲੋਕ ਇੰਨੇ ਪੈਸੇ ਦੇਈ ਵੀ ਨਹੀਂ ਸਕਦੇ ਨਹੀਂ ਮੁਸ਼ਕਲ ਉਹਦੇ ਕੀ ਖਰਚਾ ਦੱਸੋ ਕੰਨਾ ਕੀ ਆ ਪਾਣੀ ਦਾ ਪੀਣਾ ਤਾਂ ਬਿਜਲੀ ਜਿਹੜੀ ਹੈ ਵੀ ਉਹ ਆਵਾਦੀ ਹੈ ਜਾਂ ਉਹ ਵੀ ਇਆਂ ਛੋਣ ਛਬਾਈਆਂ ਕਰਾਦੀ ਜਿੱਥੇ ਦਾ ਕਰ ਬਿਜਲੀ ਦੀ ਗੱਲ ਬਾਤ ਹੈ ਉਹ ਕਿਉਂਕਿ ਜਿਹੜਾ ਫਾਲਟ ਹੁੰਦੇ ਨੇ ਉਹਦੇ ਅੰਡਰਸਟੂਡ ਹੈ ਕਿ ਉਹ ਨਹੀਂ ਹੁੰਦੀ ਮਗਰ ਆਸੇ ਇਹ ਲਾਇਆ ਕਿ ਸ਼ਹਿਰ ਗੁਲਾਸੀ ਬਿਜਲੀ ਇਥੇ ਸ਼ਹਿਰ ਕੋਲੀ ਅੱਛਾ ਇਹ ਇਥੇ ਕੱਟ ਕਟਣ ਅੱਛਾ ਕੱਟਦੇ ਆ ਨੇ ਪਿਛੇ ਜੀ ਪਿਛਲੇ ਹਫਤੇ ਸ਼ਡਿਊਲ ਕੱਟੇ ਹੈ ਮਗਰ ਉਹਦੇ باوجود ਵੀ ਅਸੀਂ ਠੀਕ ਬਿਜਲੀ ਸਵਾਰੀ ਇਸ ਦੇ ਇਲਾਵਾ ਹੋਰ ਕੀ ਕੀ ਜਿਹੜੀਆਂ ਪਰੇਸ਼ਾਨੀਆਂ ਤੁਸੀਂ ਇੱਥਾਵਾ ਕਰਦੇ ਹੋ ਪਰੇਸ਼ਾਨੀ ਦੇਖੋ ਮਾਰੇ ਗੱਲ ਇਹ ਹੈ ਕਿ ਪਾਣੀ ਨਹੀਂ ਜਾਂਦੇ ਉਹਦੇ ਕੰਨਾ ਸਭ ਮਸਲੇ ਹੱਲ ਹੋ ਜਾਂਦੇ ਤੇ ਬਾਕੀ ਅਸੀਂ ਕੋਈ ਗੱਲ ਨਹੀਂ ਹੈ ਗਵਰਨਮੈਂਟ ਨੇ ਪੰਚਾਇਤਾਂ ਬਣਾਈਆਂ ਨੇ ਉਹਦੇ ਜਿਹੜੇ ਨਮਾਇੰਦਿਆਂ ਨੂੰ ਆਉਂਦੇ ਨੇ ਪੁੱਛਦੇ ਨੇ ਮੰਗਦੇ ਨੇ ਪਹਿਲੀ ਹਾਲਤ ਗਰਾਹ ਦੀ ਵਿੱਚ ਨਹਿਰ ਦੀ ਹੈ ਜਿਹੜੀਆਂ ਪੱਥਰਾਂ ਦੀਆਂ ਗੈਲੀ ਗੈਲੀ ਹੁੰਦੀਆਂ ਉਹ ਉੱਥੇ ਨਹੀਂ ਉੱਥੇ ਹੁਣ ਅੱਜਕੱਲ ਕੋਈ ਟਾਇਲ ਲੱਗੀ ਵੀ ਕੋਈ ਲੁਗਪੇ ਦੀ ਕੋਈ ਕੈਂਕਲਾ ਪੇਦਾ ਇਹ ਨਹੀਂ ਹੈ ਉਹਦੇ ਬਾਰੇ ਕੋਈ ਨਹੀਂ ਮਤਲਬ ਕੋਸ਼ਿਸ਼ ਵਿਕਾਸ ਦੇ ਬਾਰੇ ਗੱਲ ਕਰਦੇ ਆ ਤਾਂ ਗਰਾਹ ਪਿੰਡੇ ਚ ਵਿਕਾਸ ਦੀ ਗਤੀ ਜਿਹੜੀ ਵਿਕਾਸ ਦੀ ਜਿਹੜੀ ਰਫਤਾਰ ਹੈ ਉਹ ਚਲਾ ਕਰਦੀ ਹੈ ਪਰ ਗੱਲ ਉੱਥਾਂ ਨਹੀਂ ਖੜੋਂਦੀ ਹੈ ਕਿ ਪਾਣੀ ਜਿਹੜਾ ਹੈ ਉਹ ਜਿਹੜਾ ਲੋਕਾਂ ਦਾ ਕਰਨੀ ਪੂਜਾ ਕਰਦਾ ਔਰ ਖਾਸ ਤੌਰ ਉਪਰ ਸਰਕਾਰ ਨੇ ਪੀਐਚੀ ਵਿਭਾਗੇ ਦਾ ਨਾਮ ਜਲ ਸ਼ਕਤੀ ਵਿਭਾਗ ਮੈਂ ਰੱਖਿਆ ਪਰ ਜਲ ਤੇ ਜ਼ਮੀਨਾਂ ਅੰਦਰ ਹੈ ਇਹਦੇ ਚ ਕੋਈ ਦੋਰਾ ਨਹੀਂ ਹੈ ਪਰ ਵਿਭਾਗੇ ਕੋਲ ਲੱਗਾ ਕਰਦਾ ਕਿ ਇੰਨੀ ਸ਼ਕਤੀ ਨਹੀਂ ਹੈ ਕਿ ਇਹ ਜਿਹੜਾ ਸਰਕਾਰੀ ਪਾਣੀ ਹੈ ਸਰਕਾਰੀ ਪੈਪੇ ਚਾਣੀ ਹੈ ਸਰਕਾਰੀ ਟੂਟੀਆਂ ਚੋਂ ਨਿਕਲੀ ਹੈ ਤੇ ਲੋਕਾਂ ਨੇ ਜਿਹੜੇ ਖਾਲੀ ਪੇ ਦੇ ਭਾਂਡੇ ਨੇ ਉਪਰ ਹੈ